नमस्कार, आप देख रहे हैं प्राइम न्यूज 24। मैं हूं आपके साथ श्वेता सिंह। बटाला के नजदीकी गांव छीना रेल वाला में कॉरपोरेट घरानों के बन रहे गोदामों को जाते रस्तों पर किसानों का पिछले 8 दिनों से रात दिन धरना चल रहा है, जिसको खत्म करवाने के लिए आज SDM गुरदासपुर की अगुवाही में अधिकारी और पुलिस प्रशासन के अधिकारी पहुंचे। जब SDM गुरदासपुर अर्शदीप सिंह ने किसानों को अपने संबोधन के द्वारा समझाना शुरू किया कि आपने जो गोदामों पर काम रोक कर धरना शुरू किया है, या किसी अडानी अंबानी के नहीं है, बल्कि केंद्र सरकार की तरफ से FCI के लिए बनवाए जा रहे हैं। इसमें अडानी अंबानी का कोई लेना देना नहीं है, यह किसानों के लाभ के लिए गोदाम बनाए जा रहे हैं। SDM ने कहा कि ये गोदाम किसानों की फसल संभालने के लिए बनाया जा रहा है, इसलिए मैं प्रशासन की तरफ से विनती करता हूं कि इन गोदामों में काम चलने दीजिए और यहां से अपना धरना खत्म कर लीजिए। ਜਿਹਨੂੰ ਸਭ ਤੋਂ ਪਹਿਲੇ ਤੇ ਫਤਿਹ ਸਾਂਝੀ ਕਰਦੇ ਆ, ਵਾਹਿਗੁਰੂ ਜੀ ਕਾ ਖਾਲਸਾ। ਮੇਰੇ ਤੋਂ ਪਹਿਲੇ ਜਿਹੜੇ ਬੁਲਾਰੇ ਸਾਹਿਬਾਨ ਨੇ, ਇਹਨਾਂ ਨੇ ਕਿਸਾਨ ਮਜ਼ਦੂਰ ਏਕਤਾ ਦਾ ਜਿਹੜਾ ਉਹ ਜਿੰਦਾਬਾਦ ਦਾ ਨਾਰਾ ਲਾ ਕੇ ਜਿਹੜਾ ਸਾਡਾ ਸਵਾਗਤ ਕੀਤਾ ਹੈ। ਔਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਕਿਸਾਨ ਮਜ਼ਦੂਰ ਏਕਤਾ ਦੇ ਤੁਸੀਂ ਨਹੀਂ, ਅਸੀਂ ਆਪ ਵੀ ਕਿਸਾਨ ਤੇ ਮਜ਼ਦੂਰ ਦੀ ਜੇ ਏਕਤਾ ਹੋਏ ਤੇ ਉਹਦੇ ਨਾਰੇ ਚ ਸ਼ਾਮਿਲ ਹੋਣਾ ਸਾਨੂੰ ਵੀ ਕੋਈ ਮਾੜਾ ਨਹੀਂ ਲੱਗਦਾ। ਕਿਸਾਨ ਮਜ਼ਦੂਰ ਦੀ ਜਿਹੜੀ ਏਕਤਾ, ਅਸੀਂ ਵੀ ਜਿਹੜੇ ਆ, ਸਭ ਤੋਂ ਪਹਿਲੇ ਤੇ ਜਦੋਂ ਅਸੀਂ ਆਏ ਤੇ ਸਾਨੂੰ ਇਦਾਂ ਲੱਗਿਆ ਕਿ ਪ੍ਰਸ਼ਾਸਨ ਕਿਤੇ ਅੱਡ ਹੈ, ਕਿਤੇ ਤੁਹਾਡੇ ਤੋਂ ਅੱਡ ਹੈ ਪ੍ਰਸ਼ਾਸਨ। ਜੋ ਤੁਸੀਂ ਉਹ ਤੁਹਾਡੇ ਚੋਂ ਹੀ ਅਫਸਰ ਬਣੇ ਆ, ਤੁਹਾਡੇ ਚੋਂ ਹੀ ਬੰਦੇ ਆਏ ਆ, ਔਰ ਤੁਹਾਡੇ ਚੋਂ ਹੀ ਉਹ ਬੰਦੇ ਜਿਹੜੇ ਤੁਹਾਡੀ ਇੱਥੇ ਸਰਕਾਰੀ ਪੋਸਟਾਂ ਤੇ ਲੱਗੇ ਨੇ, ਸੋ ਪਹਿਲੇ ਤੇ ਸਾਨੂੰ ਜਿਹੜਾ ਉਹ ਮਤਰੇਵਾ ਜਿਹੜਾ ਵਿਵਹਾਰ ਹੈ ਕਰਨਾ ਸਾਡੇ ਨਾਲ, ਉਹ ਬੰਦ ਕਰੋ। ਠੀਕ ਹੈ ਜੀ, ਪਹਿਲੇ ਤੇ ਸਾਨੂੰ ਇਹ ਮੰਨ ਕੇ ਚੱਲੋ ਕਿ ਅਸੀਂ ਵੀ ਤੁਹਾਡੇ ਚੋਂ ਹੀ ਆ, ਔਰ ਮੈਂ ਤੇ ਹੈ ਵੀ ਲੋਕਲ ਹੀ ਆ, ਗੁਰਦਾਸਪੁਰ ਤੋਂ ਗੋਦਪੋਕਰ ਪਿੰਡ ਆ ਮੇਰਾ, ਤੇ ਬਤੌਰ ਮੈਂ ਇੱਥੇ SDM ਗੁਰਦਾਸਪੁਰ, ਅੱਜ ਮਾਨਯੋਗ DC ਸਾਹਿਬ ਨੇ ਜਿਹੜਾ ਤੁਹਾਡਾ ਤੁਸੀਂ ਧਰਨਾ ਲਗਾਇਆ ਉਹਦੇ ਸੰਬੰਧ ਚ DC ਸਾਹਿਬ ਨੇ ਆਪ ਇਹਨੂੰ ਬੜੀ ਗੰਭੀਰਤਾ ਨਾਲ ਲੈਂਦੇ ਹੋਏ, ਜਿਹੜੀ ਸਾਡੀ 4 ਮੈਂਬਰੀ ਕਮੇਟੀ ਇਹਦੇ ਵਿੱਚ ਬਣਾਈ ਸੀਗੀ, ਉਹ ਮੇਰੇ ਅੰਡਰ ਇੱਕ SP ਸਾਹਿਬ ਸੀਗੇ, ਉਹਨਾਂ ਦੇ ਬਿਹਾਫ ਤੇ ਅੱਜ DSP ਸਾਹਿਬ ਵੀ ਆਏ ਨੇ, ਨੈਬ ਤਹਿਸੀਲਦਾਰ ਸਾਹਿਬ ਵੀ ਇੱਥੇ ਨੇ, BDO ਸਾਹਿਬ ਵੀ ਇੱਥੇ ਨੇ, ਔਰ DM FCI ਵੀ ਇਹਦੇ ਵਿੱਚ ਆਏ ਨੇ। ਸਾਡਾ ਆਉਣ ਦਾ ਮਕਸਦ ਤੁਹਾਨੂੰ ਪਹਿਲੇ ਕਲੀਅਰ ਕਰ ਦਈਏ ਕਿ ਸਾਡਾ ਇਹੀ ਹੈ ਕਿ ਅਸੀਂ ਤੁਹਾਡੇ ਨਾਲ ਨੈਗੋਸ਼ੀਏਟ ਕਰਕੇ ਤੁਹਾਨੂੰ ਕਨਵਿੰਸ ਕਰਕੇ ਤੁਹਾਡੇ ਨਾਲ ਲੈ ਕੇ ਤੇ ਅਸੀਂ ਕਿਸੇ ਨਾ ਕਿਸੇ ਨਤੀਜੇ ਤੇ ਜਿਹੜੇ ਇਸ ਧਰਨੇ ਨੂੰ ਲੈ ਕੇ ਉੱਥੇ ਪਹੁੰਚੀਏ। ਔਰ ਇਹਦੇ ਵਿੱਚ ਮੇਰਾ ਕਿਤੇ ਵੀ ਇਹ ਮਤਲਬ ਨਹੀਂ ਹੈ, ਨਾ ਹੀ ਮੈਂ ਮਸਲਾ ਨੇ ਕਹਿਣਾ ਚਾਹੁੰਦਾ, ਜਿਹੜਾ ਪੀਸਫੁਲ ਪ੍ਰੋਟੈਸਟ ਹੈ ਉਹਦੀ ਤੁਹਾਡੀ ਜਿਹੜੀ ਰਾਈਟ ਹੈ, ਸਾਨੂੰ ਉਹਦੇ ਵਿੱਚ ਤੁਹਾਨੂੰ ਅੜਚਨ ਪਾਉਣ ਦੀ ਔਰ ਇਹ ਚੀਜ਼ ਦੀ ਬਿਲਕੁਲ ਨਹੀਂ ਲੋੜ ਹੈ। ਸਾਡਾ ਫਰਜ਼ ਹੈ ਕਿ ਜੇ ਕੋਈ ਧਰਨਾ ਲੱਗਦਾ ਤੇ ਅਸੀਂ ਸਾਡੇ ਵੱਲੋਂ ਬਤੌਰ ਜਿਹੜੇ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹਨੂੰ ਨਜਿੱਠਣ ਵਾਸਤੇ ਸਾਨੂੰ ਉਹ ਧਰਨਾ ਜਿਹੜਾ ਚੁਕਾਉਣ ਵਾਸਤੇ ਤੁਹਾਡੇ ਨਾਲ ਗੱਲਬਾਤ ਕਰਨੀ ਪਏਗੀ। ਗੱਲਬਾਤ ਦੇ ਬਗੈਰ ਅਸੀਂ ਉਹਨੂੰ ਚੀਜ਼ ਨੂੰ ਅੱਗੇ ਨਹੀਂ ਲਿਜਾ ਸਕਦੇ। ਕੁਛ ਹੋ ਸਕਦਾ ਤੁਹਾਡੇ ਵੀ ਜੈਨੂਇਨ ਸ਼ਖਸ ਉੱਥੇ ਹੋਣਗੇ, ਔਰ ਕੁਛ ਜਿਹੜੇ ਪ੍ਰਸ਼ਾਸਨ ਨੇ ਵੀ ਤੁਹਾਨੂੰ ਦੱਸਣਯੋਗ ਜਿਹੜੀ ਚੀਜ਼ ਹੈ ਉਹ ਅਸੀਂ ਜ਼ਰੂਰ ਦੱਸਾਂਗੇ। ਮੇਰੇ ਤੋਂ ਪਹਿਲੇ ਬੁਲਾਰੇ ਸਾਹਿਬਾਨ ਨੇ ਕਿਹਾ ਕਿ ਇਹ ਚੀਜ਼ ਨਹੀਂ ਕਹਿਣੀ ਕਿ ਇਹਦੇ ਵਿੱਚ ਜਿਹੜੇ ਅੰਬਾਨੀ ਤੇ ਅਡਾਨੀ ਦਾ ਨਹੀਂ ਹੈ। ਮੈਂ ਉਹਨਾਂ ਤੋਂ 2 ਮਿੰਟ ਮਾਫੀ ਵੀ ਚਾਹਾਂਗਾ ਕਿ ਇਹ ਵੀ ਚੀਜ਼ ਅਸੀਂ ਕਹਾਂਗੇ, ਇਸ ਦੇ ਨਾਲ ਅਸੀਂ ਹੋਰ ਵੀ ਚੀਜ਼ਾਂ ਕਹਾਂਗੇ ਜੋ ਸਾਡਾ ਉਹਦੇ ਵਿੱਚ ਇੱਕ ਆਈਡੀਆ ਜਿਹੜਾ ਹੈਗਾ। ਪਰ ਸਭ ਤੋਂ ਪਹਿਲੇ ਇੱਥੇ ਜਿੰਨੇ ਵੀ ਹਾਜ਼ਰੀਨ ਨੇ ਇਹਨਾਂ ਨੂੰ ਮੈਂ ਇਹ ਕਹਾਂਗਾ ਕਿ ਅਸੀਂ ਪਹਿਲੇ ਨਾ ਬਲੌਕ ਜਿਹੜਾ ਮਾਈਂਡ ਚੋਂ ਇੱਕ ਵਾਰੀ ਕੱਢ ਕੇ ਨਿਊਟਰਲ ਵਿਊ ਨਾਲ ਇਹ ਗੱਲ ਸੁਣਨੀ ਹੈ, ਨਿਊਟਰਲ, ਬਿਲਕੁਲ ਨਿਊਟਰਲ ਵਿਊ ਨਾਲ। ਕੋਈ ਮਨ ਦੇ ਵਿੱਚ ਪਹਿਲੇ ਜਿਹੜਾ ਅਸੀਂ ਪ੍ਰੀ ਕੰਸੀਵਡ ਨੋਸ਼ਨ ਕਈ ਵਾਰੀ ਰੱਖੀਦਾ ਕਿ ਮੈਂ ਪਹਿਲਾਂ ਹੀ ਸੋਚ ਕੇ ਆਇਆ ਤੇ ਮੈਂ ਜੇ ਵਿਰੋਧ ਹੈ ਤੇ ਵਿਰੋਧ ਹੀ, ਸਹੀ ਨੂੰ ਸਹੀ ਕਹਾਂਗੇ, ਗਲਤ ਨੂੰ ਗਲਤ ਕਹਾਂਗੇ, ਕੋਈ ਗੱਲ ਨਹੀਂ, ਸਹੀ ਨੂੰ ਸਹੀ ਕਹਾਂਗੇ, ਗਲਤ ਨੂੰ ਗਲਤ ਕਹਾਂਗੇ। ਹੋ ਸਕਦਾ ਅਸੀਂ ਵੀ ਕਿਸਾਨ ਆ, ਅਸੀਂ ਵੀ ਕਿਸਾਨਾਂ ਦੇ ਪੁੱਤਰ ਆ, ਅਸੀਂ ਆਪ ਵੀ ਵਾਹੀ ਵੱਟਾ ਕੀਤਾ ਹੈ, ਆਪ ਵੀ ਕਈ ਵਾਹੀ ਫਸਲ ਵੱਢਿਆ, ਸਾਰਾ ਕੰਮ ਅਸੀਂ ਆਪ ਵੀ ਢੋਕੇ ਫਿਰੀ ਹੈ। ਸੋ ਉਹਦੇ ਤੋਂ ਸਾਡੇ ਤੁਹਾਡੇ ਇੰਟਰਸਟ ਸਾਡੇ ਇੰਟਰਸਟ ਹੋ ਸਕਦਾ ਕਿਤੇ ਅਲਾਈਨਡ ਨਹੀਂ ਹੈ, ਜਸਟ ਉਹਦੇ ਵਿੱਚ ਇੱਕ ਗੈਪ ਹੋ ਸਕਦਾ। ਸੋ ਸਭ ਤੋਂ ਪਹਿਲੇ ਤੇ ਅਸੀਂ ਇਹ ਧਾਰਨਾ ਛੱਡ ਕੇ ਕਿ ਅਸੀਂ ਤੁਹਾਡੇ ਐਂਟੀ ਆ ਜਾਂ ਤੁਸੀਂ ਸਾਡੇ ਐਂਟੀ ਹੋ, ਅਸੀਂ ਸਾਰੇ ਇੱਕ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਾਂਗੇ। ਤੁਸੀਂ ਦੇਖੋ ਜੀ, ਇਹਦੇ ਵਿੱਚ ਜਿਹੜਾ ਇੱਥੇ ਪ੍ਰੋਜੈਕਟ ਇੱਥੇ ਆ ਰਿਹਾ ਇਨ ਜਰਨਲ, ਉਹਦੇ ਵਿੱਚ ਮੇਨਲੀ FCI ਨੇ ਕੀ ਕੀਤਾ ਕਿ FCI ਨੇ ਇੱਕ ਕੰਸੈਸ਼ਨਰ ਦੇ ਥਰੂ ਅਸੀਂ ਆਪਣੀ ਸਟੋਰੇਜ ਕਪੈਸਿਟੀ ਵਧਾਉਣਾ ਚਾਹੁੰਦੇ ਹਾਂ। ਹੁਣ ਕੀ ਹੁੰਦਾ ਕਿ ਅਸੀਂ ਜਦੋਂ ਸਰਕਾਰ ਥਰੂ ਅਲੱਗ ਅਲੱਗ ਏਜੰਸੀਆਂ FCI ਦੇ ਥਰੂ ਲਾ ਲਓ ਜਾਂ ਹੋਰ ਜਿਹੜੀਆਂ ਪੰਜਾਬ ਐਗਰੋ ਔਰ ਅਲੱਗ ਅਲੱਗ ਜਿਹੜੀਆਂ ਪਨਗਰੇਨ ਪਨਸਫ ਇਹ ਏਜੰਸੀਆਂ, ਉਹਨਾਂ ਰਾਹੀਂ ਜਿਹੜਾ ਮਾਲ ਖਰੀਦ ਲੈਂਦੇ ਆ, ਇਹ ਜੈਨੂਇਨ ਗੱਲ ਹੈ ਕਿ ਜਿਹੜੀ ਸਟੋਰੇਜ ਕਪੈਸਿਟੀ ਹੈ ਸਰਕਾਰ ਦੀ ਉਹ ਘੱਟ ਹੈ। ਅਸੀਂ 2012-13 ਦੇ ਵਿੱਚ ਤਿਆਰੀ ਕਰਦੇ ਸੀ, ਉਦੋਂ ਵੀ ਪੜ੍ਹਦੇ ਸੀ ਕਿ ਇਹ ਤਿਆਰੀ ਇਹਦੇ ਵਿੱਚ ਬਹੁਤ ਘੱਟ ਹੈ, ਔਰ ਬਹੁਤ ਇਹਦੇ ਵਿੱਚ ਬਹੁਤ ਉਪਰਾਲੇ ਕਰਨ ਤੋਂ ਬਾਅਦ ਅਲਟੀਮੇਟਲੀ ਇਹ ਚੀਜ਼ ਆਈ ਕਿ ਯਾਰ ਜੇ ਸਾਨੂੰ ਕਿਤੇ ਵੀ ਸਟੋਰੇਜ ਕਪੈਸਿਟੀ ਬਣਦੀ ਹੈ ਨਾ, ਅਸੀਂ ਉਹਨੂੰ ਉਤਸ਼ਾਹਿਤ ਦਈਏ, ਕਿਉਂਕਿ ਸਾਡਾ ਜਿਹੜਾ ਇਹਨਾਂ ਕਿਸਾਨਾਂ ਦਾ ਹੀ ਖਰੀਦਿਆ ਹੋਇਆ ਅਨਾਜ ਹੈ,
ਉਹ ਜਦੋਂ ਅਸੀਂ ਗੋਦਾਮਾਂ ਦੇ ਵਿੱਚ ਰੱਖੀਦਾ ਤੇ ਜਦੋਂ ਓਪਨ ਦੇ ਵਿੱਚ ਅਸੀਂ ਰੱਖ ਦਈਦਾ ਤੇ ਉਹ ਸਾਰਾ ਖਰਾਬ ਹੋ ਜਾਂਦਾ ਤੇ ਕਿਸਾਨ ਦੇ ਜਿਹੜਾ ਕਿਸਾਨ ਨੇ ਤੇ ਉਹਦਾ ਰੇਟ ਦੇਤਾ ਬਟ ਉਹ ਚੀਜ਼ ਕਿਸੇ ਦੇ ਲਾਹੇ ਕਿਸੇ ਦੇ ਮੂੰਹ ਨਹੀਂ ਪਈ ਕਿਸੇ ਦੇ ਮੂੰਹ ਨਹੀਂ ਪਿਆ ਜਿਹੜੀ ਚੀਜ਼ ਖਰਾਬ ਹੋ ਜਦੋਂ ਓਪਨ 'ਚ ਰੱਖੀ ਦੀ ਆ ਬੱਦਲ ਆ ਜਾਂਦਾ ਤਾਂ ਖਰਾਬ ਹੁੰਦੀ ਚੂਹੇ ਟੁੱਕ ਲੈਂਦੇ ਆ ਕਿਤੇ ਚੋਰੀ ਚਪਾਟ ਚੱਲੀ ਜਾਂਦੀ ਹੈ ਸੋ ਸਾਰੀ ਚੀਜ਼ ਨਾਲ ਇਹਦਾ ਨੁਕਸਾਨ ਹੁੰਦਾ ਸੋ ਇਹ ਬੜੀ ਇੱਕ ਧਾਰਨਾ ਤੋਂ ਬਾਅਦ ਬੜੇ ਟਾਈਮ ਤੋਂ ਬਾਅਦ ਇੱਥੇ ਆਇਆ ਕਿ ਸਾਨੂੰ ਜਿੱਥੇ ਵੀ ਸਟੋਰੇਜ ਕਪੈਸਿਟੀ ਬਣਦੀ ਆ ਅਸੀਂ ਸਟੋਰੇਜ ਕਪੈਸਿਟੀ ਨੂੰ ਜਿਹੜੀ ਹੈ ਉਹਨੂੰ ਵੱਧ ਤੋਂ ਵੱਧ ਉਤਸ਼ਾਹਨ ਦਾਂਗੇ ਹੁਣ ਜਿਹੜਾ ਕੀ ਹੈ ਜਿਹੜੀ NCML ਇਹ ਜਿਹੜੀ ਮੈਂ ਪ੍ਰਧਾਨ ਸਾਹਿਬ ਵੀ ਗੱਲ ਕਰ ਰਹੇ ਹੈ ਇਹ ਵਾਕਿਆ ਹੀ ਅੰਬਾਨੀ ਦੀ ਔਰ ਵਾਕਿਆ ਹੀ ਅਡਾਨੀ ਦੀ ਕੋਈ ਕੰਪਨੀ ਨਹੀਂ ਹੈ ਇਹ ਤੁਹਾਨੂੰ ਸਾਰਿਆਂ ਨੂੰ ਮੇਰੇ ਖਿਆਲ ਨਾਲ ਵੈਸੇ ਵੀ ਕਲੀਅਰ ਹੈ ਇੱਥੇ ਇਹ ਤੁਹਾਨੂੰ ਦੱਸਣ ਦੀ ਵੀ ਲੋੜ ਨਹੀਂ ਹੈ ਮੇਰੇ ਤੋਂ ਪਹਿਲੇ ਇਹਨਾਂ ਨੇ ਦੱਸ ਚੁੱਕੇ ਹੈ ਇਹ ਨਾ ਤੇ ਅੰਬਾਨੀ ਦੀ ਹੈ ਨਾ ਹੀ ਅਡਾਨੀ ਦੀ ਹੈ ਇਹ ਸਾਡੇ ਵਰਗੇ ਕੁਝ ਬੰਦੇ ਰਲ ਕੇ ਜਿਹੜੇ ਇਨਵੈਸਟਰ ਹੁੰਦੇ ਆ ਉਹਨਾਂ ਨੇ ਥੋੜੇ ਥੋੜੇ ਪੈਸੇ ਲਾ ਕੇ ਸਾਰੇ ਤੇ ਉਹ ਇੱਕ ਕੰਪਨੀ ਛੋਟੀ ਜੀ ਬਣਾਈ ਹੁੰਦੀ ਹੈ ਕਿ ਆਹ ਕੰਮ ਅਸੀਂ ਕਰ ਲਈਏ ਬੜੀ ਮੁਸ਼ਕਲ ਨਾਲ ਉਹਨਾਂ ਨੇ ਇਹ ਕੰਸੈਸ਼ਨਰ ਇਹਨਾਂ ਕੋਲ DMFCI ਤੋਂ ਲਿਆ ਹੋਏਗਾ 30 ਸਾਲ ਤੱਕ ਇਹ ਲੋਕ 30 ਸਾਲ ਤੱਕ ਸਾਡਾ ਇਹਨਾਂ ਦਾ ਐਗਰੀਮੈਂਟ ਹੈ FCI ਦਾ ਯਾਨੀ ਕਿ ਸਰਕਾਰ ਦਾ ਐਗਰੀਮੈਂਟ ਹੈ ਸਰਕਾਰ ਨੇ ਇਹਨਾਂ ਨਾਲ ਐਗਰੀਮੈਂਟ ਕੀਤਾ ਸਰਕਾਰ ਦੀ ਲੋੜ ਨੂੰ ਲੈ ਕੇ ਔਰ ਸਰਕਾਰ ਦੀ ਲੋੜ ਹੋਰ ਕੁਛ ਨਹੀਂ ਹੁੰਦੀ ਪਬਲਿਕ ਦੀ ਹੀ ਲੋੜ ਹੁੰਦੀ ਅਲਟੀਮੇਟਲੀ ਸਰਕਾਰ ਦੀ ਲੋੜ ਨੂੰ ਲੈ ਕੇ ਇਹਨਾਂ ਨਾਲ ਇੱਕ ਐਗਰੀਮੈਂਟ ਕੀਤਾ ਗਿਆ ਕਿ ਤੁਸੀਂ ਇੱਥੇ ਰਹੋਗੇ ਔਰ ਆਪਣੇ ਖਰਚੇ ਤੇ ਤੁਸੀਂ ਸਾਰਾ ਬਣਾਓਗੇ ਉਹ ਐਗਰੀਮੈਂਟ ਸਾਡੇ ਲਈ ਸੌਖਾ ਪੈਂਦਾ ਜੀ ਫਾਈਨੈਂਸ਼ੀਅਲ ਉਹਦਾ ਕੋਸਟ ਬੈਨੀਫਿਟ ਅਨਾਲਿਸਿਸ ਹੁੰਦਾ ਉਹ ਸਰਕਾਰ ਵਾਸਤੇ ਸਸਤਾ ਪੈਂਦਾ ਤੇ ਇਹ ਸਾਡਾ ਸਾਰਾ ਜਿਹੜਾ ਸਟੋਰੇਜ ਕਰਨਗੇ ਤਾਂ ਕਿ ਇਹ ਜਿਹੜਾ ਅਸੀਂ ਕਣਕ ਖਰੀਦੀ ਹੈ ਇਹ ਖਰਾਬ ਨਾ ਹੋਵੇ ਔਰ ਕੱਲ੍ਹ ਨੂੰ ਜਿਵੇਂ ਅਸੀਂ ਕਹੀ ਤਾਂ 4 ਰੁਪਏ ਕਿਲੋ ਆਟਾ ਦਾਲ ਸਕੀਮ ਜਿਹੜੀ ਚੱਲੀ ਆ ਹੋਰ ਜਿਹੜੀਆਂ ਨੈਸ਼ਨਲ ਫੂਡ ਸਿਕਿਉਰਿਟੀ ਸਕੀਮਾਂ ਨੇ ਉਹਦੇ ਤਹਿਤ ਹੀ ਇਹ ਸਾਰਾ ਜਿਹੜਾ ਅਨਾਜ ਇੱਥੇ ਸਟੋਰ ਹੋਊਗਾ ਉਹ ਯੂਟੀਲਾਈਜ਼ ਹੋਣਾ ਸੋ ਇਹ ਜਿਹੜਾ ਪਰਪਸ ਹੈ ਕਿਸੇ ਪ੍ਰਾਈਵੇਟ ਪਰਪਸ ਲਈ ਨਹੀਂ ਹੈ ਸਰਕਾਰ ਦਾ ਪਰਪਸ ਹੈ ਜਿਹਦੇ 'ਚ ਕਿਸੇ ਤਰ੍ਹਾਂ ਕੋਈ ਐਸੋਸੀਏਟ ਪ੍ਰਾਈਵੇਟ ਜ਼ਰੂਰ ਕਿਣਕਾ ਹੋ ਸਕਦਾ ਬਟ ਇਹ ਪਰਪਸ ਜਿਹੜਾ ਹੈ ਸਰਕਾਰ ਦਾ ਹੈ ਲੋਕਾਂ ਦੇ ਹਿੱਤ ਵਾਸਤੇ ਹੈ ਫੈਸਲਾ ਘੱਟੋ ਘੱਟ ਮੈਂ ਇਸ ਚੀਜ਼ ਨਾਲ ਸਹਿਮਤ ਹਾਂ ਕਿ ਇਹ ਸਰਕਾਰ ਦੇ ਹਿੱਤ ਨਾਲ ਤੁਸੀਂ ਆਪਣਾ ਵਿਊ ਮੇਰੇ ਤੋਂ ਅੱਡ ਵੀ ਰੱਖ ਸਕਦੇ ਹੋ ਮੈਂ ਤੁਹਾਨੂੰ ਧੱਕੇ ਨਾਲ ਹੀ ਕੋਈ ਕਨਵਿੰਸ ਕਰਵਾਉਣਾ ਚਾਹੁੰਦਾ ਵੈਸੇ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਆਪ ਖੁਦ ਕਨਵਿੰਸਡ ਹਾਂ ਕਿ ਜੇ ਇਹ ਚੀਜ਼ ਸਰਕਾਰ ਦੇ ਹਿੱਤ 'ਚ ਹੈ ਤੇ ਇਹਨੂੰ ਬਣ ਜਾਣੀ ਚਾਹੀਦੀ ਹੈ ਦੂਜੇ ਨੰਬਰ ਤੇ ਜਿਹੜੀ ਇੱਕ ਸਰਪੰਚ ਸਾਹਿਬ ਨਾਲ ਵੀ ਮੇਰੇ ਇੱਥੇ ਬੜੇ ਯੰਗ ਸਰਪੰਚ ਨੇ ਇਹਨਾਂ ਨਾਲ ਵੀ ਗੱਲ ਹੋ ਰਹੀ ਸੀ ਰਿਗਾਰਡਿੰਗ ਜਿਹੜਾ ਇਹਨਾਂ ਦਾ ਜਿਹੜੀ ਇੱਥੇ ਬਣੇਗੀ ਇਹਨਾਂ ਨੂੰ ਇਹ ਪ੍ਰੋਬਲਮ ਸੀਗੀ ਕਿ ਇੱਥੇ ਜੇ ਸਟੋਰੇਜ ਕਪੈਸਿਟੀ ਬਣਦੀ ਤੇ ਇਹ ਇਲਾਕਾ ਜਿਹੜਾ ਇਹ ਨੀਵਾਂ ਹੈਗਾ ਤੇ ਆਲੇ ਦੁਆਲੇ ਉਹ ਸਾਰੇ ਪਾਸਿਓਂ ਪਾਣੀ ਆ ਕੇ ਇੱਥੇ ਖੜਾ ਹੋ ਜਾਏਗਾ ਸੋ ਉਹਦੇ ਵਾਸਤੇ ਜਿਹੜੇ ਹੈ ਆਪਣੇ ਜਿਹੜੇ ਕੰਪਨੀ ਦੇ ਵੀ ਨੇ ਔਰ DMFCI ਵੀ ਇਹ ਇਸ ਚੀਜ਼ ਨੂੰ ਤਿਆਰ ਨੇ ਕਿ ਨਾਲ ਦੇ ਨਾਲ ਇੱਕ ਡਰੇਨ ਬਣਾ ਦੇਣਗੇ ਤਾਂ ਕਿ ਪਾਣੀ ਕਿਤੇ ਵੀ ਇੱਥੇ ਖੜਾ ਨਾ ਹੋਏ ਡਰੇਨ ਰਾਹੀਂ ਪਾਣੀ ਦਾ ਪ੍ਰੋਪਰ ਨਿਕਾਸ ਹੋ ਜਾਏ ਇਹ ਚੀਜ਼ ਜੇ ਤੁਸੀਂ ਚਾਹੋ ਅਸੀਂ ਇਹਨਾਂ ਕੋਲ ਲਿਖਤੀ ਵੀ ਲੈ ਸਕਦੇ ਹਾਂ ਤਾਂ ਕਿ ਜਿਹੜਾ ਪਾਣੀ ਦੇ ਨਿਕਾਸ ਦੀ ਪ੍ਰੋਬਲਮ ਹੈ ਜੈਨੂਇਨ ਗੱਲ ਹੈ ਕਿ ਅਸੀਂ ਚੀਜ਼ ਬਣਾ ਦਿੰਦੇ ਹਾਂ ਕੱਲ੍ਹ ਨੂੰ ਜਦੋਂ ਫਿਰ ਪਾਣੀ ਪੂਣੀ ਇਕੱਠਾ ਹੋ ਜਾਂਦਾ ਪਰੇਸ਼ਾਨੀ ਜਿਹੜੀ ਹੈ ਉਹ ਲੋਕਲ ਲੋਕਾਂ ਨੂੰ ਹੁੰਦੀ ਹੈ ਸੋ ਇਹ ਚੀਜ਼ ਜਿਹੜਾ ਸ਼ੱਕ ਸ਼ੁਫਾ ਇਹਦੇ ਵਿੱਚ ਹੈਗਾ ਇਸ ਚੀਜ਼ ਵਾਸਤੇ ਜਿਹੜੀ ਡਰੇਨ ਹੈ ਉਹ ਡਰੇਨ ਜਿਹੜੀ ਹੈ ਉਹ ਆਪਾਂ ਬਣਾ ਸਕਦੇ ਇੱਥੇ ਬੜੇ ਈਜ਼ੀਲੀ ਕੋਈ ਉਹਦੇ ਵਿੱਚ ਪ੍ਰੋਬਲਮ ਨਹੀਂ ਆਉਂਦੀ ਸੋ ਪਾਣੀ ਦਾ ਜਿਹੜਾ ਨਿਕਾਸ ਹੈ ਉਹ ਇੱਥੇ ਉਹਦੇ ਉਹ ਕਦੀ ਵੀ ਸਮੱਸਿਆ ਜਿਹੜੀ ਫਿਊਚਰ ਦੇ ਵਿੱਚ ਨਹੀਂ ਹੋਏਗੀ ਔਰ ਤੀਸਰੀ ਚੀਜ਼ ਜਿਹੜੀ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਆਈਡੀਓਲੋਜੀਕਲ ਸਾਡਾ ਸਿੰਬੋਲਿਕ ਜਿਹੜਾ ਇੱਕ ਸਾਰਿਆਂ ਦਾ ਹੀ ਹੈਗਾ ਜਿਹੜੇ ਆਪਣਾ ਧਰਨਾ ਲੱਗ ਰਿਹਾ ਜਿਹੜਾ ਦਿੱਲੀ ਦੇ ਵਿੱਚ ਧਰਨਾ ਲੱਗ ਰਿਹਾ ਉਹਦੇ ਵਿੱਚ ਦੇਖੋ ਹਰੇਕ ਬੰਦੇ ਦੇ ਸਰਕਾਰ ਦੇ ਸੈਂਟਰਲ ਗਵਰਨਮੈਂਟ ਦੇ ਵੀ ਕੁਛ ਆਪਣੇ ਉਹਨਾਂ ਦੇ ਹੈਗੇ ਆ ਪੁਆਇੰਟਸ ਜਿਹੜੇ ਉਹ ਰੱਖਣਾ ਚਾਹੁੰਦੇ ਨੇ ਔਰ ਸਾਡੇ ਜਿਹੜੇ ਕਿਸਾਨ ਜਥੇਬੰਦੀਆਂ ਵੀ ਨੇ ਉਹਨਾਂ ਦੇ ਆਪਣੇ ਆ ਔਰ ਡੈਮੋਕਰੇਟਿਕ ਉੱਥੇ ਪ੍ਰੋਟੈਸਟ ਚੱਲ ਰਹੇ ਆ ਅਸੀਂ ਜੇ ਉਹਨੂੰ ਸਿੰਬੋਲਿਕ ਸਪੋਰਟ ਵੀ ਦੇਣਾ ਚਾਹੁੰਦੇ ਤਾਂ ਮੇਰੇ ਖਿਆਲ ਨਾਲ 2-4-5 ਬੰਦੇ ਵੀ ਸਿੰਬੋਲਿਕ ਰੋਟੇਟ ਹੋ ਕੇ ਵੀ ਕਰਕੇ ਉਹ ਚੀਜ਼ ਕੀਤੀ ਜਾ ਸਕਦੀ ਹੈ ਇੰਨੀ ਠੰਡ ਦੇ ਵਿੱਚ ਵੈਸੇ ਮੈਨੂੰ ਲੱਗਦਾ ਤੁਹਾਨੂੰ ਜਿੰਨੇ ਇੱਥੇ ਸਪੀਕਰ ਸਾਹਿਬ ਨੇ ਜਿੰਨੀ ਵਧੀਆ ਇੱਥੇ ਕਵਿਤਾ ਸੁਣਾਈ ਹੈ ਤੁਹਾਨੂੰ ਠੰਡ ਲੱਗਣ ਨਹੀਂ ਦਿੰਦੇ ਬਟ ਫਿਰ ਵੀ ਜੇ ਅਸੀਂ ਇਸ ਚੀਜ਼ ਨੂੰ ਸਿੰਬੋਲਿਕ ਰੱਖੀਏ ਤੇ ਉਹ ਸਭ ਤੋਂ ਵਧੀਆ ਜਿਹੜਾ ਨਿਸ਼ਾਨਾ ਹੁੰਦਾ ਉਹ ਨਿਸ਼ਾਨਾ ਕਦੀ ਵੀ ਤੁਸੀਂ ਅਚੀਵ ਕਰਨਾ ਨਾ ਜੇ ਦੂਰ ਦੀ ਚੀਜ਼ ਵੇਖਦੇ ਲਾਗੇ ਲਾਗੇ ਛੋਟੀ ਛੋਟੀ ਚੀਜ਼ 'ਚ ਸਾਨੂੰ ਨਹੀਂ ਪੈਣਾ ਚਾਹੀਦਾ ਸਿੰਬੋਲਿਕ ਸਪੋਰਟ ਜਿਹੜੀ ਆ ਸਿੰਬੋਲਿਕ ਸਪੋਰਟ ਤੁਸੀਂ ਦਿਓ ਕੋਈ ਗੱਲ ਨਹੀਂ ਉਹਦੇ ਵਿੱਚ ਬਟ ਮੇਰੇ ਖਿਆਲ ਨਾਲ ਜਿਹੜਾ ਅਸੀਂ ਧਰਨਾ ਹੈ ਉਹ ਜਿਹੜਾ ਇਥੋਂ ਅਸੀਂ ਚੁੱਕ ਲਈਏ ਤਾਂ ਕਿ ਜਿਹੜਾ ਕੰਮ ਹੈ ਉਹ ਚੱਲ ਪਏ ਨੌਜਵਾਨ ਵੀਰੋ ਆਪਾਂ ਸ਼ਾਂਤੀ ਬਣਾ ਕੇ ਰੱਖਣੀ ਹੈ ਕਿਉਂਕਿ ਜੇ ਗੱਲਬਾਤ ਕਰਦੇ ਹੋਈਏ ਇਹਨਾਂ ਤੋਂ ਆਪਾਂ ਅਗਰੈਸਿਵ ਨਹੀਂ ਹੋਣਾ ਸੋ ਜੋਸ਼ ਨਾਲੋਂ ਪਹਿਲਾਂ ਹੋਸ਼ ਵੀ ਜ਼ਰੂਰੀ ਆ ਸੋ ਥੋੜਾ ਜਿਹਾ ਧਿਆਨ ਨਾਲ ਕਿਉਂਕਿ ਆਪਾਂ ਆਏ ਅਫਸਰ ਸਾਹਿਬਾਨ ਦਾ ਤੇ ਸਾਡੇ ਭਰਾ ਨੇ ਇਹਨਾਂ ਦਾ ਸਤਿਕਾਰ ਵੀ ਕਾਇਮ ਰੱਖਣਾ ਆ ਸੋ ਜਿਹੜਾ ਪਹਿਲਾਂ ਆਪਣੇ SDF ਸਾਹਿਬ ਨੇ ਕਿਹਾ ਸੀਗਾ ਕਿ ਇਹ ਗਰੁੱਪ ਬਣਾ ਕੇ FCI ਨੂੰ ਦੇਣਾ ਜੀ
सामने दस दी जाए कि रेलवे जिहड़ी अंग्रेजा वेले बनी आ अडानी पानी च किदा होगी। जे अज बना के अफसर कर लिया अपना कहते जे भी अपना किराएनामा किया कुछ भी कर रहे हैं वो कल तोड़ देंगे फिर अपने को हल जे मोदी वर्गा हाकम हिंदुस्तान के एयरपोर्ट वेच सकता या सैलो प्लांट की गल करते हैं बहुत निकी गल है। एफ सी आई अगे ही किन्ने हजार करोड़ करजाई करजाई आम आए दस दिन कि हजार करोड़ करजाई नहीं तो अभी डेट तो कट के दस दें चार लाख हजार करोड़ की एफ सी आई करजाई आ दूजे नंबर से जे सरकार इस बड़ा सहूलत में चलाना चाहती है कि सरकार कोई पैसा नहीं सरकार आप कदम बना लें आप सैलो गोदाम क्यों नहीं बना सकती। ये नीत हाकमां की खोटी आ क्योंकि पांच सत्त घर के हथ ये ताकत आ गई वो जिहड़े आ सारे देश नूं वेच देना चाहते आ। असी हुण लोग जागरूक हो गए जां ते साडे मोबाइल खोलवो ते सारे नैट बंद कर दे सानूं पता कुछ ना लगे फिर तो मजबूर हो सकता पर हुण लोकां हर बच्चे बच्चे दे हथ विच नैट आ गूगल आ हर गल सर्च मारो सामने आ जाती है हुण लुकी छिपी गल कोई नहीं रहनी। सो असी जिहड़ी गल अगली सीगी ला एंड आर्डर की जां सिंबोलिक धरने की साडा धरना सिंबोलिक ही है सानू कल इनफॉर्मेशन मिली सीगी कि डीसी साहब का व्यवहार ठीक नहीं उहदे करके सानू कट करना पिया नहीं तो डीएसपी साहब इत्थे आउंदे रहने असी 40-50 बंदे ही इत्थे बैठदे रहे हां। सो इस करके असी तुहानू कहिंदे डीएसपी साहब नू ते एसडीएम साहब दो क्योंकि दोवें तुसीं ऑब्जेक्ट ऑफिसर हो तुहानू ला एंड आर्डर कायम ही रखना आ असीं तुहानू इस धरने चाहिए सारी संगत वल्लों सवाल दवा सकते हां कि इतने ला एंड आर्डर की जिन्ना चेर ढे वालों कोई पैदल हो साडे वालों कोई भी जी ऐसी हरकत नहीं की जाएगी जी सू कोई तुम शिकायत का मौका मिले। ये सारी संगत वालों फिर बेनती है कि धरना खत्म नहीं होगा मंजूर है जी मजदूर एकता जिंदाबाद मजदूर एकता जिंदाबाद अडानी अबानी मुर्दाबाद कारपोरेट कराने को बड़ा चानना पाया जी इन्हों ने एक गल की भी अपना प्लांट जेड़ा एफ सी आई हैंड ओवर करना जी बाद ने एक गल की ये छोटे छोटे समूह बन के तो बनया वा जी ये थोड़े लोगों का समूह बनया ये मेरे छोटे वीर ने जो नैट पर सर्च करके भी इन्हों का अडानिया का किन्ना हिस्सा किन्ना एस डी एम साहब नखालन डे से कंपनी एन सी एम एल ये टोरंटो की कंपनी है जी बेसिक टोरंटो की कंपनी आ मोदी ने बागवट भरावा का सब तो अमीर बंदा कनेडा का जेड़ा इनू बना रहा ये शेयर होल्डर अडानी ग्रुप के नाल आ जेड़ा गूगल से सर्च मारो नैट से सर्च मारो तो यह आपे सामने आ जाते जी गाड़ी रही एफ सी आई की गल जी साडा जेड़ा विरोध चल रहा वह की कर रहा जी ये सेंटर सरकार एफ सी आई तो खत्म करना चाहती आ इनू खत्म कर दो प्राइवेटा सारा कुछ दे दो जो आधार कार्ड आ जिते मर्जी खरीदे जिते मर्जी सैलो प्लांट लाए तो जिते मर्जी स्टोरेज कर ले एफ सी आई तो उदा मुक चली आते अं उ जाके दिल्ली इन्हों का रोना रोन डे हाँ तो सानू यह समझा सर हो तरह डे हाँ ये कोई गल् वधिया नहीं करे जी ये पहला स्टडी करके हूँ आगे पहला स्टडी करके हूँ भी एक कंपनी है की आ एफ सी आई एफ सी आई ना इन्हें जमीन लई टाइप होना जी एग्रीमेंट होना जी एफ सी आई को अपने गोदाम आ उपरले गोदाम बनते हैं इन्हें किले किले जमीन के थले गोदाम बनाए हैं ये बिल्कुल गलत आ सारा अपनी तैयारी करके आओ पूरा अपने डॉक्यूमेंट सैट करके आओ साडा धरना दिल्ली जिन्ना चिर साडा उत्थे खत्म नहीं होता साडा जारी रहूगा जी।
दूसरी तरफ गुरप्रीत सिंह और रणधीर सिंह नामक किसानों ने एसडीएम की पेशकश को नकारते हुए सभी प्रशासनिक अधिकारियों को ज्ञान का पाठ अच्छी तरह पढ़ाते हुए कहा कि ये धरना तब तक चलेगा जब तक केंद्र की सरकार तीनों कानून रद्द नहीं कर देती। जब तक दिल्ली में धरना चलेगा तब तक यहां भी धरना चलेगा। साथ ही किसानों की तरफ से एसडीएम को गूगल पर पड़ी सारी जानकारी के बारे में जानकार करवाया कि यह जो गोदाम है यह एक प्राइवेट कंपनी के हैं और इसमें अंबानी अडानी का हिस्सा है। इसके ज्ञान के पाठ के बाद एसडीएम ने अपने अधिकारियों के साथ अपने दफ्तर वापस लौट गए। प्राइम न्यूज 24 के लिए जतिंदर कुंडल की रिपोर्ट।